ऐसी सो मिलो फिर मैं पे हिमानी लो जी कर लो दर्शन। सत श्रीकाल जी, वेलकम टू अवर यूट्यूब चैनल जी। नाम है अमन जस ब्लॉग्स ते असी आ गए नवे ब्लॉग दे नाल ते तुसी पिछले ब्लॉग पर बहुत ज्यादा प्यार दे रहे हो, सोने सोने तुहाडे कमेंट भी आ रहे हैं। सो हुण रात दा टाइम हो गया 6:30 ते मैं तुहानू पहले दस दिनी आ करवा चौथ वाले दिन उन्हां दी तबीयत खराब हो गई सी, मतलब हिमानी दी तबीयत खराब हो गई सी, उस करके नहीं सी। ते जिहड़ा कल वाला ब्लॉग सी ओहदे विच भी ओह तां ही नहीं सीगे क्योंकि ओह ठीक नहीं सी। ਤੁਹਾਨੂੰ ਅੱਜ ਮਿਲਾਨੇ ਅਸੀਂ ਕੱਲ ਗਏ ਸੀਗੇ, ਰੋਜ਼ ਮਿਲਦੇ ਹਾਂ, ਵਲੌਗ ਨਹੀਂ ਬਣਾਇਆ, ਬਟ ਤੁਹਾਨੂੰ ਅੱਜ ਮਿਲਾਨੇ ਆ ਮੈਂ ਕਹਿਮਾਨੇ ਨਾਲ ਕਿ ਉਹ ਕਿਤੇ ਨਹੀਂ ਗਏ, ਸਾਡੇ ਨਾਲ ਗਿਆ, ਆਲਵੇਸ ਨਾਲ ਗਿਆ ਨਾ। ਹਾਂਜੀ, ਸੋ ਤੁਹਾਨੂੰ ਅੱਜ ਮਿਲਾਨੇ ਤੇ ਬਾਕੀਆਂ ਦੇ ਵਲੌਗ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਕਰਦੇ ਵੀ ਕਹਿਤਾ ਜੀ ਵਾਈਫ ਨੂੰ। ਆਪਾਂ ਪਹੁੰਚ ਗਏ ਆ ਮੈਂ ਤੇ ਹਿਮਾਨੀ ਦੇ ਘਰ ਤੇ ਸਾਨੂੰ ਪਹੁੰਚਿਆ ਨੂੰ ਵੈਸੇ 15 20 ਮਿੰਟ ਹੋ ਚੁੱਕੇ ਆ ਤੇ ਤੁਸੀਂ ਸਾਰੇ ਜਣੇ ਵੇਟ ਕਰਦੇ ਪਏ ਸੀ, ਸੋ ਮਿਲੋ ਫਿਰ ਮੈਂ ਤੇ ਹਿਮਾਨੀ ਨੂੰ। ਲਓ ਜੀ ਕਰ ਲਓ ਦਰਸ਼ਨ। ਬੜਾ ਮਿਸ ਕਰਦੇ ਸਾਰੇ। ਆ ਵੇਖੋ ਕਰ ਲਓ ਦਰਸ਼ਨ। ਹਾਂ ਇਹ ਮੈਡਮ ਜੀ ਕਰਕੇ ਨਹੀਂ ਆਏ 2 ਦਿਨ ਵਲੌਗ ਚ ਕਿਉਂਕਿ ਇਹ ਬਿਮਾਰ ਹੋ ਕੇ ਬੈਠੇ ਸੀ। ਲੋਕੀ ਕਹਿੰਦੇ ਇਹਦੇ ਮੇਰੇ ਹੱਥੇ ਕਈ ਕਮੈਂਟ ਆ ਰਹੇ ਕਹਿੰਦੇ ਤੁਸੀਂ ਆਪਸ ਚ ਲੜ ਪਏ ਜਾਂ ਉਹ ਲੜ ਪਏ ਆ, ਕੀ ਹੋਇਆ ਦੱਸੋ। ਇਹੀ ਤਾਂ ਅਸੀਂ ਦੱਸਿਆ ਲੜੇ ਆ ਆਵੇ ਲੜਾ ਮੱਜਾਂ ਮਰੇ। ਨਹੀਂ ਨਹੀਂ ਯਾਰ ਇਹ ਨਾ ਬਿਮਾਰ ਹੋ ਗਈ ਸੀ। ਹਾਂ ਦੱਸਿਆ ਸੀਗਾ ਮੇਰੇ ਮੜਾ ਹੱਥ ਉਹ ਮੜਾ ਦਾ ਟੁੱਟ ਗਿਆ। ਇਹ ਥੋੜੀ ਬਹੁਤੀ ਲੱਗਦੀ ਰਹਿੰਦੀ ਹੈ ਨਾ, ਇਹਦੇ ਨਜ਼ਰ ਨਾ ਲੱਗੇ ਤਾਂ ਗੱਲ ਠੀਕ ਲੱਗਦੀ ਮੇਰੇ। ਮੇਰੇ ਜਿੰਨੇ ਪਿੱਛੇ ਵਲੋਗ ਰੀਲਾਂ ਰੁੱਲਾਂ ਮੇਰੇ ਮੈਨੂੰ 5-7 ਸਾਲ ਹੋ ਗਏ, ਮੇਰੇ ਹੱਥ ਤੇ ਸੱਟ ਬਹੁਤ ਲੱਗਦੀ ਹੈ, ਇਧਰਲੇ ਤੇ ਵੀ ਲੱਗਦੀ। ਇਹਦਾ ਵਿਚਾਰਾ ਵੀਕ ਹੋ ਗਿਆ ਹੈ ਹੱਥ, ਤਾਂ ਕਰਕੇ ਹੁਣ ਇੱਥੇ ਹੀ ਵੱਜਦੀ ਰਹਿੰਦੀ ਹੈ। ਹਾਂ ਹੁਣ ਵੀ ਮੂਵ ਲਵਾ ਕੇ ਬੈਠਾ ਹੋਇਆ ਹੈ। ਇਹਦਾ ਹੱਥ ਦਾ ਫਾਂਡਾ ਕਰਾਉਣਾ ਵਾ ਇਹ। ਹਾਂ ਸਹੀ ਗੱਲ, ਇਹਦੇ ਹੱਥ ਦਾ ਕਰਵਾਈ ਦੇਣਾ ਫਾਂਡਾ। ਮੈਡਮ ਜੀ ਤੁਸੀਂ ਕਿਵੇਂ ਹੋ? ਬੈਟਰ ਠੀਕ ਹੋ? ਕਰਵਾ ਚੌਥ ਕਿਵੇਂ ਰਿਹਾ? दिवाली सून है तीन 12 ਦੀ ਵਾਲੀ ਇਕੱਠਿਆਂ ਨੇ ਮਨਾਣੀ ਜ਼ਰੂਰ ਪਰ ਕਦੋਂ ਆਏ ਨਹੀਂ ਪਤਾ। ਇਹ ਨਹੀਂ ਪਤਾ ਹੈ, ਮੈਂ ਚੈੱਕ ਕਰਦੀ ਹਾਂ ਕਦੋਂ, ਸ਼ਾਇਦ 12 ਦੀ ਹੋਈ ਆ। 12 ਦੀ ਹੈ, ਚੈੱਕ ਕਰਦੇ ਆ ਦੀਵਾਲੀ ਡੇਟ ਦੱਸਦੀ ਆ। ਹੈ 10 ਪਤਾ ਨਹੀਂ ਯਾਰ, ਇੱਥੇ ਲਿਖਿਆ ਫਰਾਈਡੇ 10 ਨਵੰਬਰ, ਟਿਊਜ਼ਡੇ 14 ਨਵੰਬਰ 2023। ਇਹ ਕੀ ਹੁਣ ਦੋ ਡੇਟਸ ਆ ਰਹੀਆਂ? ਇਹ ਤਾਂ ਪਹਿਲੀ ਫਿਰ ਪਹਿਲੀ ਨਹੀਂ ਹੈ, 10 ਵਾਲੀ ਨਹੀਂ ਹੈ। ਤੁਸੀਂ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਦੀਵਾਲੀ 10 ਤਰੀਕ ਦੀ ਹੈ ਕਿ 14 ਤਰੀਕ ਦੀ ਆ। ਮੈਂ ਕੱਢੀ ਆ ਗੂਗਲ ਤੇ, ਤਾਂ ਇੱਥੇ ਤਾਂ 2 ਡੇਟਸ ਆ ਰਹੀਆਂ ਆ, ਫਰਾਈਡੇ 10 ਨਵੰਬਰ, ਟਿਊਜ਼ਡੇ 14 ਨਵੰਬਰ। ਅੱਛਾ 10 ਤੋਂ ਸ਼ੁਰੂ ਹੋਣੀ ਹੈ ਫਿਰ, ਮਤਲਬ ਅਸਲੀ ਦਿਵਾਲੀ ਮਨਾਈ ਕਦੋਂ ਜਾਣੀ ਆ? 10 ਨੂੰ 14 ਨੂੰ ਤੇਰੇਸ ਵਗੈਰਾ ਆਉਂਦੇ ਆ ਨਾ, ਪਹਿਲੇ ਉਹ 4 ਦਿਨ ਚੱਲਦੇ ਆ। ਓਕੇ, ਮੈਂ ਮੇਨ ਦਿਵਾਲੀ 14 ਨੂੰ ਹੀ ਆ। ਹਾਂਜੀ ਚਲੋ, ਤੁਸੀਂ ਵੀ ਵੈਸੇ ਦੱਸ ਦਿਓ ਕਮੈਂਟ ਕਰਕੇ 14 ਨੂੰ ਹੈ ਮੇਨ ਦਿਵਾਲੀ। ਹਾਂ ਤੇ ਆਪਾਂ ਚੱਲੇ ਅੱਜ ਕਈ 15 ਨੂੰ ਮਿਲਦੇ ਪਏ ਆ। 15 ਨੂੰ ਵੀ ਕਹਿ ਰਹੇ ਆ? ਚਲੋ ਜੀ ਦੱਸ ਦਿਓ, ਤੁਸੀਂ ਵੀ ਦੱਸ ਦਿਓ ਕਦੋਂ ਦਿਵਾਲੀ ਹੈਗੀ ਆ, ਅਸੀਂ ਤਾਂ ਕਨਫਿਊਜ਼ ਆ ਹੁਣ। 10 ਨੂੰ ਆ 11 12 13 14 15 3-4 ਦਿਨ ਆਉਂਦੇ ਨਾ ਪਹਿਲੇ, ਉਹਨਾਂ ਦਾ ਮੈਨੂੰ ਨਾਮ ਤੇਰੇ ਸੋ ਗਿਆ, ਛੋਟੀ ਦਿਵਾਲੀ ਵੱਡੀ ਦਿਵਾਲੀ ਕਰਨਾ ਐਦਾਂ ਕੁਝ ਕਰਦਾ। ਮੈਨੂੰ ਪਤਾ ਮੇਨ ਤਾਂ ਭਾਂਡੇ ਲੈਂਦੇ, ਭਾਈ ਦੂਜ ਵੀ ਉਹਦੇ ਹੁੰਦੀ ਨਾ, ਉਹ ਬਾਅਦ ਚ ਹੁੰਦੀ ਦਿਵਾਲੀ। ਅੱਛਾ ਸਾਰਿਆਂ ਨੇ ਇੱਕ ਗੱਲ ਦੱਸੋ, ਆਪਾਂ ਕਿੱਥੇ ਚੱਲੇ ਅੱਜ? ਮੂਵੀ ਦੇਖਣ। ਮੂਵੀ ਦੇਖਣ, ਕੋਈ ਨੀ, ਮੂਵੀ ਦੇਖ ਖੁਸ਼ ਹੋ ਜਾਣਾ ਨੇ। ਮੂਵੀ ਬਹੁਤ ਹਾਸੇ ਵਾਲੀ ਆ, ਸੋ ਆਪਾਂ ਤੁਹਾਨੂੰ ਦੱਸਾਂਗੇ। ਮੈਂ ਵੀ ਜਦੋਂ ਘਰੇ 2 ਦਿਨ ਜਾ ਕੇ ਦੱਸਾਂਗੇ ਨਾ। ਹਾਂ ਜਾ ਕੇ ਦੱਸਾਂਗੇ। 2 ਦਿਨ ਤੋਂ ਘਰੇ ਰਹਿੰਦਾ ਨਾ ਬੰਦਾ, ਥੋੜਾ ਜਿਹਾ ਹੋ ਹੀ ਜਾਂਦਾ ਹੁੰਦਾ ਸ਼ਾਂਤ ਜਿਹਾ। ਕੱਲ ਪਰਸੋਂ ਦੇਖਿਓ ਫਿਰ, ਹਨਾ ਫਿਰ ਬੈਟਰੀ ਚਾਰਜ, ਐਨਰਜੀ ਬੈਟਰੀ ਚਾਰਜ, ਫਿਰ ਕਹਿਣ ਕਹਿਣ ਲਾਓ। ਹੁਣ ਆਪਾਂ ਥੋੜੀ ਦੇਰ ਗੱਲਾਂ ਮਾਰਦੇ ਆ, ਫਿਰ ਰੈਡੀ ਹੋਈਏ, ਆਪਾਂ ਵੀ ਘਰ ਚੱਲੀਏ ਫਿਰ। ਤੇ ਮੂਵੀ ਦੇਖਣ ਦਾ ਕੋਈ ਪਲਾਨ ਪਹਿਲਾਂ ਹੈ ਨਹੀਂ ਸੀਗਾ, ਇੱਥੇ ਬੈਠੇ ਬੈਠੇ ਬਣ ਗਿਆ। ਬਣਾਇਆ ਕਿੰਨੇ ਤੁਸੀਂ? ਯੈਸ ਚਲੋ ਫਿਰ ਆਪਾਂ ਥੋੜੀ ਦੇਰ ਤੱਕ ਘਰ ਚੱਲਦੇ, ਮੈਂ ਤਿਆਰ ਹੋ ਗਿਆ।
ਹਾਂਜੀ ਆਪਾਂ ਘਰੇ ਆ ਗਏ ਤੇ ਘਰੇ ਆ ਕੇ ਰੈਡੀ ਸ਼ੈਡੀ ਹੋਣਾ ਤੁਹਾਨੂੰ ਦੱਸਿਆ ਹੀਗਾ ਆਪਾਂ ਮੈਂ ਕੁਣਾ ਘਰੇ ਗਏ ਹੀਗੇ ਮੈਂ ਵੀ ਨਾਲ ਆਈ ਆ ਇਕੱਲੇ ਨਹੀਂ ਆਏ ਤੇ ਆਪਾਂ ਚੇਂਜ ਵਗੈਰਾ ਕਰਕੇ ਇੱਥੇ ਰੈਡੀ ਹੋ ਗਏ ਹੀਗੇ ਮੂਵੀ ਦੇਖਣ ਦੇ ਲਈ ਕਹਿਣ ਕਹਿਣ ਕੱਪੜੇ ਪਾ ਲਿਆ ਸੋ ਮੈਂ ਵੀ ਥੋੜੀ ਥੋੜੀ ਡਿਟਲ ਬਿਟ ਜੀ ਮੈਚਿੰਗ ਕਰ ਲਈ ਹੈ ਜ਼ਿਆਦਾ ਨਹੀਂ ਕਿਉਂਕਿ ਹਾਂ ਇਹਨਾਂ ਨੇ ਡੈਨਮ ਦੇ ਵਨ ਪੀਸ ਪਾਇਆ ਤੇ ਮੈਂ ਸ਼ਰਟ ਪਾਈ ਹੈ ਗ੍ਰੇ ਕਲਰ ਸੋ ਕਹਿਣ ਕਹਿਣ ਸੋਹਣੇ ਸੋਹਣੇ ਬਣ ਕੇ ਆਪਾਂ ਚੱਲੇ ਆ ਮੂਵੀ ਦੇਖਣ ਸੋ ਹੋਪ ਸੋ ਮੂਵੀ ਘੈਂਟ ਹੋਵੇ ਯਾਰ ਕਾਮੇਡੀ ਤਾਂ ਹੁੰਦੀ ਹੋਈ ਆ ਲੱਗਦਾ ਆ ਕਾਮੇਡੀ ਮੂਵੀ ਆ ਤਾਂ ਘੈਂਟ ਹੀ ਹੋਊਗੀ ਪੰਜਾਬੀ ਕਾਮੇਡੀ ਮੂਵੀ ਜਿਹੜੀਆਂ ਹੁੰਦੀਆਂ ਆ ਘੈਂਟ ਹੁੰਦੀਆਂ ਪਰ ਲਾਸਟ ਚ ਆਪਾਂ ਤੁਹਾਨੂੰ ਰਿਵਿਊ ਵੀ ਦਵਾਂਗੇ ਹੁਣ ਵੈਸੇ ਰਿਵਿਊ ਦਾ ਫਾਇਦਾ ਹੈ ਨਹੀਂ ਪੁਰਾਣੀ ਹੋ ਗਈ ਪਰ ਸਾਡਾ ਕੋਈ ਮਨ ਨਹੀਂ ਹੋਣਾ ਪੁਰਾਣੀਆਂ ਮੂਵੀਆਂ ਦੇਖਣ ਦਾ ਹਾਂ ਯਾਰ ਕਿਉਂਕਿ ਹਾਸੇ ਵਾਲੀ ਮੂਵੀ ਵਧੀਆ ਲੱਗਦੀ ਆ ਬਾਕੀ ਆਪਾਂ ਸਾਰੇ ਇਕੱਠੇ ਚੱਲੇ ਇੰਜੋਏ ਹੋਏਗਾ ਜੋ ਵੀ ਹੋਊਗਾ ਤਾਂ ਨਾ ਸ਼ੇਅਰ ਜ਼ਰੂਰ ਕਰਾਂਗੇ ਤੇ ਲਾਸਟ ਤੱਕ ਬਣੇ ਰਹੋ ਵਲੌਗ ਦੇ ਤੁਹਾਨੂੰ ਆਪਾਂ ਚੱਲੀਏ ਹਾਂਜੀ ਚਲੋ ਚੱਲੀਏ ਕੀ ਕਹਿਣ ਲੱਗਾ ਸੀ ਮੈਂ ਕੁਝ ਨਹੀਂ ਕਹਿਣ ਲੱਗਾ ਸੀ ਕੁਝ ਨਹੀਂ ਮੈਂ ਭੁੱਲ ਵੀ ਗਿਆ ਵੈਸੇ ਮੈਂ ਕੁਝ ਕਹਿਣ ਨਹੀਂ ਗਿਆ ਮੇਰਾ ਭੁੱਲੂ ਯਾਰ ਮੇਰਾ ਭੁੱਲੂ ਭੁੱਲੇ ਜਾਣਾ ਮੈਂ ਛੇਤੀ ਦਿਮਾਗ 'ਚ ਬੜਾ ਕੁਝ ਚੱਲਦਾ ਰਹਿੰਦਾ ਇਸ ਕਰਕੇ ਕੀ ਚੱਲਦਾ ਰਹੇ ਵੈਸੇ ਜਿਹਦਾ ਕੰਮ ਦਾ ਟੈਨਸ਼ਨ ਇਹ ਉਹ ਇਹ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਲਾਈਕ ਹੁੰਦਾ ਨਾ ਵੀ ਆ ਵੀ ਕੰਮ ਕਰਨਾ ਉਹ ਵੀ ਕੰਮ ਕਰਨਾ ਇਹ ਵੀ ਕੰਮ ਕਰਨਾ ਫਿਰ ਕਈ ਵਾਰੀ ਨਾ ਮਾਈਂਡ 'ਚ ਸਕਿਪ ਹੋ ਜਾਂਦੀਆਂ ਚੀਜ਼ਾਂ ਕੋਈ ਨਾ ਸਮਝਦੇ ਹੋ ਸਮਝਦਾ ਮੈਂ ਹੁਣ ਬਚੇ ਪੱਕੀ ਗੱਲ ਆ ਪੱਕੀ ਗੱਲ ਆ ਚਲੋ ਚੱਲੀਏ ਉਹ ਆ ਗਏ ਆ ਲੌਕ ਲਾਉਣ ਲੱਗੇ ਆ ਆ ਵੇ ਹੱਥ ਵੱਜ ਗਿਆ ਇਧਰੋਂ ਤੇ ਮੂਵੀ ਆਪਣੀ ਹੈਗੀ ਆ 11:10 ਦੀ ਟਾਈਮ ਹੋ ਗਿਆ 10:30 ਤੇ ਜਾਣ ਨੂੰ ਵੀ ਟਾਈਮ ਲੱਗੂਗਾ ਫਿਰ ਪਾਰਕਿੰਗ 'ਚ ਲੈਣੀ ਆ ਫਿਰ ਜਾਣ ਨੂੰ ਟਾਈਮ ਲੱਗੂਗਾ ਪਾਰਕਿੰਗ 'ਚ ਵੀ ਜਾਣਾ ਆ ਟੌਪ ਫਲੋਰ ਤੇ ਜਾਣਾ ਮੈਂ ਤਾਂ ਵੌਇਸ ਓਵਰ ਦੇ ਰਿਹਾ ਕਿਉਂਕਿ ਅਸੀਂ ਸੁਣਦੇ ਨਹੀਂ ਨਾ ਉਹ ਆ ਗਏ ਆ ਜਾਓ ਹਨੇਰੇ 'ਚ ਦੇਖਦੇ ਨਹੀਂ ਨਾ ਆਈ ਗਏ ਪਰ ਦੇਖ ਨਹੀਂ ਰਹੇ ਉਹ ਦੇਖ ਗਏ ਹਲਕੇ ਹਲਕੇ ਦੇਖ ਗਏ ਆ ਜਾਓ ਆ ਜਾਓ ਆ ਜਾਓ ਆ ਜਾਓ ਬਹੁਤ ਸੋਹਣੇ ਲੱਗ ਰਹੇ ਆ ਜਾਓ ਆ ਜਾਓ ਆ ਜਾਓ ਆ ਜਾਓ ਸ਼ੁਕਰ ਆ ਗਏ ਆ ਗਏ ਸਤਿ ਸ੍ਰੀ ਅਕਾਲ ਉਹ ਸਤਿ ਸ੍ਰੀ ਅਕਾਲ ਦੀਵਾਲੀ ਕਰਕੇ ਮਾਲ ਵੀ ਸੱਜਿਆ ਹੋਇਆ ਅੱਜ ਪੂਰਾ ਹਨਾ ਪੂਰੀ ਦੀਵਾਲੀ ਵਾਲੀ ਵਾਈਬਸ ਆਣੀਆਂ ਸਟਾਰਟ ਹੋ ਗਈਆਂ ਕਿਉਂਕਿ ਦੀਵਾਲੀ ਨੂੰ ਦਿਨ ਵੀ ਤਾਂ ਥੋੜੇ ਜਿਹਾ ਰਹਿ ਗਏ ਹਨ ਸਹੀ ਗੱਲ ਹੈ ਪਰ ਬਹੁਤ ਸੋਹਣਾ ਲੱਗਿਆ ਨਾ ਬੜਾ ਹੀ ਸੋਹਣਾ ਲੱਗਿਆ ਨਾ ਮੈਂ ਤਾਂ ਲਾਈਟਾਂ ਨਾਲ ਵੈਸੇ ਹੀ ਬੜਾ ਪਿਆਰ ਹੈ ਮੈਨੂੰ ਤਾਂ ਲਾਈਟਾਂ ਬਹੁਤ ਸੋਹਣੀਆਂ ਲੱਗਦੀਆਂ ਸਪੈਸ਼ਲੀ ਦੀਵਾਲੀ ਵਾਲੀਆਂ ਆਪਾਂ ਅੰਦਰ ਐਂਟਰ ਹੋ ਗਏ ਆ ਤੇ ਹੁਣ ਲਿਫਟ ਨੂੰ ਬੁਲਾਇਆ ਨਹੀਂ ਸੀ ਉਧਰ ਵਾਲੀ ਆਣੀ ਆ ਸਾਰੇ ਪਰ ਖੜੇ ਇੱਧਰ ਆ ਇੱਧਰ ਆਣੀ ਆ ਇੱਧਰ ਇੱਧਰ ਆ ਜਾਓ ਉਧਰ ਵੇਟ ਕਰੀ ਜਾਂਦੇ ਚਲ ਹਿਮਾਨੀ ਲਿਫਟ ਬੰਦ ਹੋ ਜਾਂਦੀ ਹੁੰਦੀ ਲਿਫਟ ਬੰਦ ਹੋਈ ਧਿਆਨ ਰੱਖੀ ਹੈ ਸੇਨਾ ਇੰਨੀ ਸੇਨਾ ਨਾਲ ਹੈ ਸੇਨਾ ਨਾਲ ਡਰ ਨਹੀਂ ਲੱਗਣਾ ਕੱਲਿਆਂ ਡਰ ਹੁੰਦਾ ਹੈ ਉੱਥੇ ਖੁੱਲ ਗਈ ਇੱਥੇ ਖੁੱਲ ਗਈ ਕਹਿੰਦੇ ਹੀ ਨਹੀਂ ਲੈ ਕੇ ਜਾਣਾ ਤੁਸੀਂ ਮੂਵੀ ਹੈ ਦੂਜੇ ਦੇ ਉਹ ਕਹਿੰਦੇ ਹੀ ਨਹੀਂ ਤੁਹਾਨੂੰ ਲੈ ਕੇ ਜਾਣਾ ਤੁਸੀਂ ਮੂਵੀ ਵੇਖਣ ਦੇ ਲਾਇਕ ਨਹੀਂ ਹੈਗੇ ਸਾਰੇ ਜਣੇ ਇਹ ਹੁਣ ਪਤਾ ਨਹੀਂ ਮੂਵੀ ਅਜੇ ਟਾਈਮ ਰਹਿੰਦਾ ਆ ਤੇ ਇਹ ਸ਼ੋਪਿੰਗ ਕਰਨ ਆ ਗਏ ਹਾਂਜੀ ਸ਼ੋਪਿੰਗ ਕਰਨ ਆ ਗਏ ਹੋ ਹਿਮਾਨੀ ਹੱਥ ਫੜਿਆ ਆ ਹਿਮਾਨੀ ਕਹਿੰਦੀ ਮੇਰਾ ਹੱਥ ਫੜ ਕੇ ਰੱਖੋ ਜੋ ਮੇਰਾ ਦਿਲ ਕਰੂਗਾ ਨਾ ਤੁਸੀਂ ਲੈ ਲਿਓ ਮੈਂ ਹੌਲੀ ਜਿਹੀ ਮੈਂਕ ਨੂੰ ਕਹਿ ਦੂੰਗੀ ਬਾਅਦ ਮੈਂ ਕਿਹਾ ਹਿਮਾਨੀ ਹੱਥ ਫੜਿਆ ਜਾਣ ਕੇ ਕਿ ਤੁਸੀਂ ਚੱਕ ਲਿਓ ਹੌਲੀ ਜੀ ਇੱਦਾਂ ਇਸ਼ਾਰਾ ਕਰ ਦਿਓ ਕਿ ਮੈਂਕ ਨੂੰ ਮੈਂ ਬਾਅਦ ਆਪ ਹੀ ਮਨਾ ਲੂੰਗੀ ਸਹੀ ਗੱਲ ਹੈ ਨਾ ਹਿਮਾਨੀ ਉਹ ਇਹਨੇ ਹਾਂ ਕਰਤੀ ਹੈ ਨਹੀਂ ਮਨਾ ਦੀ ਲੋੜ ਨਹੀਂ ਚੱਲ ਹਿਮਾਨੀ ਹੋ ਜਾਏ ਫਿਰ ਅੱਜ ਸੱਤ ਤੱਕ ਦੇਣਾ ਅਸੀਂ 11 ਤੱਕ ਦੇਣਾ ਹਾਂ ਚਲੋ ਵੇਖਦੇ ਹਾਂ ਕਿੰਨਾ ਟਾਈਮ ਰਹਿ ਗਿਆ ਥੋੜੇ ਰਹਿ ਗਿਆ ਅੰਦਰ ਆ ਗਏ ਆ ਤੇ ਸਾਡੀ ਤਲਾਸ਼ੀ ਲਿੱਤੀ ਮੈਂ ਤੇ ਮੈਂਕ ਦੀ ਤੇ ਬਸ ਹੁਣ ਆਪਾਂ ਆਡੀ ਚੱਲਦੇ ਆ ਹੁਣ ਬਹਿ ਗਏ ਆ ਸੋਫੇ ਤੇ ਆ ਕੇ ਸਾਡੇ ਲਈ ਸਪੈਸ਼ਲ ਸਾਡੇ ਲਈ ਸੋਫੇ ਲਾਏ ਇਹਨਾਂ ਨੇ
ਤੇ 10 ਕੁ ਮਿੰਟ ਰਹਿ ਗਏ ਆ ਤੇ ਹੁਣ ਫਿਰ ਆਪਾਂ ਅੰਦਰ ਜਾਵਾਂਗੇ। ਉਹ ਉਹਦਾ ਪਰ ਜਸਮਲੀ ਨੇ ਆਣਾ ਇਸ ਕਰਕੇ। ਚਲੋ ਕੋਈ ਨਾ, ਕਾਫੀ ਕਾਫੀ ਲੱਗੇ ਆ ਸਾਰੇ ਨੇ ਪਰ ਇਦਾਂ ਨਾ ਉਹਨਾਂ ਨੂੰ ਫਿਰ ਇਹ ਵੀ ਪਤਾ ਨਾ ਮੇਰਾ ਭਰਾ ਵਾਰੀ ਨੇ ਸਸਾਣੇ ਲੱਗਾ ਉਹ ਕਿਹਨੇ ਕਹਿੰਦਾ ਵਾਹ ਹੱਸੋ ਯਾਰ ਮੇਰੇ ਵੇਸੇ ਕਿ ਦਿਆ ਨਹੀਂ ਨਹੀਂ ਪਿਆਰ चलो 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 उधर भी क्लिप बनी जाती है। चलो जाके टिकट दिखा लो, देखने की लोड़ होगी देख लियो। चलो चलो दो कपल टिकट दिखा यार। इन पर इन रो है ऐसे जो है ना नहीं नहीं आरी बुक माय शो पर इतों काट लेने हैं। हेलो आरी ओके मैम ऑनलाइन से आपका मैम पास इधर वाली। हां जी थैंक यू जी। ਤੁਸੀਂ ਦੋਨੇ ਜਣੇ ਕੰਫਰਟੇਬਲ ਬੈਠੇ ਹੋ? ਹਾਂਜੀ ਤੁਸੀਂ ਦੋਨੇ ਜਣੇ ਕੰਫਰਟੇਬਲ ਬੈਠੇ ਹੋ? ਨੋ ਕਿਉਂ ਕੀ ਮੈਨੂੰ ਨਾ ਹੋਰ ਫੀਲ ਹੋ ਰਿਹਾ ਕਿ ਮੈਂ ਪੌੜੀਆਂ ਅੰਗ ਬਾਤਾ ਸਾਨੂੰ ਲੈ ਇਹ ਤਾਂ ਸਗੋਂ ਜ਼ਿਆਦਾ ਵਧੀਆ ਹੈ ਯਾਰ ਆਰਾਮ ਨਾਲ ਜਦੋਂ ਤੁਸੀਂ ਸੀਟ ਅੱਗੇ ਨੂੰ ਕਰਨੀ ਹੈ। ਨਹੀਂ ਨਹੀਂ ਇੱਥੇ ਜਿਹੜਾ ਕੁੱਤੇ ਪੈਣੇ ਜਿਹੜਾ ਭੱਜਣਾ ਨਹੀਂ ਫਿਰ ਵੀ ਮੇਰੀ ਗੱਲ ਸੁਣੋ ਜਦੋਂ ਮੂਵੀ ਸਟਾਰਟ ਹੋ ਜਾਣੀ ਨਾ ਸੀਟ ਅੱਗੇ ਨੂੰ ਕਰਕੇ ਆਰਾਮ ਨਾਲ ਲੇਟ ਕੇ ਇੱਕ ਤਰ੍ਹਾਂ ਦੇਖਿਓ रेस्ट ਨੂੰ ਦੱਸ ਹੈ ਮੂਵੀ ਦੇਖਣੀ ਕਿ ਰੈਸਟ ਕਰਨ ਆਇਆ ਰੈਸਟ ਨੂੰ ਦੀਦੀ ਕਹਿੰਦਾ ਤੁਹਾਡੇ ਕੋਲ ਕੰਮ ਕਰਾਇਆ ਹਾਂ ਸਹੀ ਗੱਲ ਨਹੀਂ ਨਾ ਅੱਜ ਸੱਚੀ ਨਹੀਂ ਕੀਤਾ ਕੋਈ ਕਿਉਂ ਭਾਂਡੇ ਨਹੀਂ ਹਾਂ ਅੱਜ ਮੱਖਣ ਕੱਢਿਆ ਸੀ ਭਾਂਡੇ ਧੋਤੇ ਸੀ ਹਾਂ ਨਹੀਂ ਕੱਢਿਆ ਸੀ ਕਿਉਂਕਿ ਅਸੀਂ ਜਦੋਂ ਲੇਟ ਹੋ ਗਏ ਸੀ ਫਿਰ ਮੱਖਣ ਵੀ ਇਹਨਾਂ ਨੇ ਬਣਾਇਆ ਸੀ ਅੱਜ ਮਾਂ ਨੇ ਲੇਟ ਕੀਤਾ ਸਾਨੂੰ ਅੱਜ ਐਦੋਂ ਕਦੋਂ ਲੇਟ ਕੀਤਾ ਐ ਵੀ ਜਾਣ ਕੇ ਹਾਸਾ ਤਾਂ ਬੜਾ ਹੁੰਦਾ ਤੁਹਾਡੇ ਨਾਲ ਸਿੱਧਾ ਫੋਨ ਕਰਦਾ ਹੈ ਹੈ ਨਾ ਉਹ ਤੇਰੀ ਗੁੱਸਾ ਕਰ ਗਿਆ ਹੁਗੂ चकना पे समझ लगी मैं कह रहा छड भुख लगी ਤੇ ਬਾਹਰ ਜਾ ਕੇ ਦੇਖਾਂਗੇ ਹੁਣ ਕੀ ਖਾਣਾ ਪੀਣਾ ਪਹਿਲਾਂ ਹੁਣ ਆਪਾਂ ਪਾਰਕਿੰਗ 'ਚ ਜਾਵਾਂਗੇ ਗੱਡੀ ਬਾਹਰ ਕੱਢਾਂਗੇ ਫਿਰ ਦੇਖਾਂਗੇ ਹਾਂਜੀ ਇਹ ਲਾਸਟ ਸਭ ਕੁਝ ਬੰਦ ਹੋ ਗਿਆ ਆਪਾਂ ਆ ਗਏ ਹਾਂ ਪਾਰਕਿੰਗ 'ਚ ਤੇ ਹੁਣ ਆਪਾਂ ਚੱਲੇ ਹਾਂ ਪਰ ਬੰਦੇ ਨੂੰ ਲੱਗੀ ਪਿਆਸਾਂ ਲੱਗ ਗਈਆਂ ਬੰਦਿਆਂ ਨੂੰ ਅਸੀਂ ਪੀਤੇ ਬੰਦੇ ਨੂੰ ਮਿਸ ਕਰ ਦਿੰਦੇ ਕਿ ਕੀਤਾ ਮੈਂ ਤਾਂ ਹੋ ਡਰਾਤਾ ਤੇ ਆਵਾਜ਼ ਬਹੁਤ ਗੂੰਜਦੀ ਪਈ ਇੱਥੇ थोड़ी अच्छी बोल के आवाज कितना गूंजती है हेलो नहीं मैं पता जो फिल्म चेड़े लाने आवाज कड़ते गूंजी
चलो चलिए आप बाहर खान पीन होना चंडीगढ़ आए 24/7 आए हैं तो इतने रश बहुत ही ज़्यादा है बहुत ही ज़्यादा चलो करो ऑर्डर रोटी ही खा ली हुई है ते पेट पूजा फुल हो गई है हुण आपां चले आ घरे ते सारे रज पुज गए राधिके आपां कराई स्पेशल थाली बहुत घैंट होंदी इत्थों दी टेस्टी सी ते आपां है किथे वैसे आपां हैगे आ 15 सेक्टर नहीं नहीं एग्जैक्ट लोकेशन नहीं मैनूं पता 24/7 सेक्टर चंडीगढ़ पीयू दे बाहर पीयू 14-15 पे मतलब पीजीआई पीजीआई दे सामने हां 14-15 पे 14-15 हां जी चलिए भर गए टेट के नहीं मूवी भी देख ली और खाना भी खा लिया ते हुण असी आ गए हैं घर ते इधर गड्डी ला रहे हैं ते हुण कुछ नहीं हुण आपां जावांगे अपने घरे ते अज दा जिहड़ा व्लॉग है इहनू आपां इत्थे की समाप्त करदे आं थानू लै लिया मैं जी आ देखो जी थोड़े तो बिना किदा व्लॉग हो सकदा खत्म होर जी होर आ शर्ट ने की कीता है टेढ़ी मेढ़ी कीती होई है गड्डी चला रहे ना हां बेल्ट लाई हुई लै आ की सी है बेल्ट लाई हुई ते गड्डी चला रहे तां करके ते अज दा व्लॉग बहुत एंजॉय कीता जी 3:30 हो गए आ देख सारे टाइम लोकी कहंदे झूठ मार देंदे हो तुसी ए इधर रखनी है ए आ गया ट्रिप लैके आईए नवे व्लॉग मिलांगे थानू उदों तक लई बाय बाय एंड टेक केयर।